ਭਾਰਤ ਦੇਸ਼ ਇੱਕ ਲੋਕਤਾਂਤਰਿਕ ਦੇਸ਼ ਹੈ ਜਿੱਥੇ ਜਨਤਾ ਦੀ ਸਹਿਮਤੀ ਨਾਲ ਵੱਖਰੀ ਵੱਖਰੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਉਮੀਦਵਾਰ ਦੇ ਰੂਪ ਵਿੱਚ ਚੁਣਿਆ ਜਾਂਦਾ ਹੈ। ਜਨਤਾ ਵੱਲੋਂ ਵਿਕਾਸ ਨੂੰ ਮੁੱਖ ਰੱਖਦੇ ਹੋਏ ਸਿਆਸੀ ਉਮੀਦਵਾਰਾਂ ਨੂੰ ਵੋਟ ਪਾਈ ਜਾਂਦੀ ਹੈ ਤਾਂ ਜੋ ਉਹਨਾਂ ਦੀ ਮੁਸੀਬਤ ਸਮੇਂ ਸੁਣਵਾਈ ਹੋ ਸਕੇ। ਪਰ ਵੋਟ ਮਿਲਦੇ ਹੀ ਹਰ ਸਿਆਸੀ ਪਾਰਟੀ ਦਾ ਰੁੱਖ ਵਿਕਾਸ ਤੋਂ ਡਗਮਗਾ ਜਾਂਦਾ ਹੈ। ਲੇਕਿਨ ਅੱਜ ਇੱਕ ਅਨੋਖਾ ਪਿੰਡ ਹੀ ਸਾਹਮਣੇ ਆਇਆ ਹੈ ਜਿੱਥੇ ਵੋਟਾਂ ਦੀ ਰਾਜਨੀਤੀ ਤੋਂ ਪਰੇ ਲੋਕ ਆਪਸੀ ਸਾਂਝ ਨਾਲ ਬਿਨਾਂ ਕੋਈ ਭੇਦਭਾਵ ਕੀਤੇ ਆਪਣੇ ਨੁਮਾਇੰਦਿਆਂ ਦੀ ਚੋਣ ਕਰਦੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪਿੰਡ ਅਹਿਮਦਪੁਰ ਠੌਲਾ ਦੀ, ਜਿੱਥੇ ਦੀ ਖਾਸੀਅਤ ਇਹ ਹੈ ਕਿ ਇੱਥੇ ਚੋਣਾਂ ਨਹੀਂ ਹੁੰਦੀਆਂ ਅਤੇ ਲੋਕ ਆਪਸੀ ਸਹਿਮਤੀ ਨਾਲ ਆਪਣਾ ਉਮੀਦਵਾਰ ਚੁਣਦੇ ਹਨ। ਜਾਣਕਾਰੀ ਦੇ ਮੁਤਾਬਿਕ ਇਸ ਪਿੰਡ ਵਿੱਚ 12 ਪਿੰਡਾਂ ਦੀ ਇੱਕ ਪੰਚਾਇਤ ਬਣਦੀ ਹੈ। ਇਸ ਪਿੰਡ ਵਿੱਚ ਸਭ ਤੋਂ ਪਹਿਲਾਂ ਸਰਪੰਚ ਅਜਨ ਸਿੰਘ ਚੁਣਿਆ ਗਿਆ ਸੀ, ਜਿਸ ਨੇ ਪਿੰਡ ਵਿੱਚ 25 ਸਾਲ ਰਾਜ ਕੀਤਾ। ਅਜਨ ਸਿੰਘ ਨੂੰ ਵੀ ਲੋਕਾਂ ਦੀ ਸਰਬ ਸਹਿਮਤੀ ਨਾਲ ਹੀ ਚੁਣਿਆ ਗਿਆ ਸੀ। ਪਿੰਡ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਪੱਕੀਆਂ ਸੜਕਾਂ ਬਣੀਆਂ ਹੋਈਆਂ ਹਨ ਅਤੇ ਪਿੰਡ ਦਾ ਸਾਰਾ ਕੰਮ ਬਹੁਤ ਹੀ ਵਧੀਆ ਢੰਗ ਨਾਲ ਹੁੰਦਾ ਹੈ। ਇਸ ਪਿੰਡ ਵਿੱਚ ਰਹਿਣ ਵਾਲੇ ਅਰਜਨ ਸਿੰਘ ਦੇ ਚਾਚੇ ਨੇ ਆਖਿਆ ਕਿ ਪਿੰਡ ਵਿੱਚ 15 ਸਾਲ ਪਹਿਲਾਂ ਇੱਕ ਵਾਰੀ ਚੋਣਾਂ ਹੋਈਆਂ ਸਨ ਅਤੇ ਕੁਝ ਸਮੇਂ ਬਾਅਦ ਧੋਖਾਧੜੀ ਹੋਣ ਕਾਰਨ ਇਸ ਨੂੰ ਦੁਬਾਰਾ ਜਾਰੀ ਨਹੀਂ ਕੀਤਾ ਗਿਆ। ਸਰਪੰਚ ਅਰਜਨ ਸਿੰਘ ਦੇ ਬਾਅਦ ਪਿੰਡ ਵਿੱਚ ਨਾ ਤਾਂ ਹੁਣ ਕੋਈ ਪੱਕੀਆਂ ਗਲੀਆਂ ਬਣੀਆਂ ਹਨ ਅਤੇ ਨਾ ਹੀ ਪਿੰਡ ਵਿੱਚ ਕੋਈ ਨਵਾਂ ਸੁਧਾਰ ਹੋਇਆ ਹੈ। ਉਦੋਂ 12 ਪਿੰਡਾਂ ਦੀ ਇੱਕ ਪੰਚਾਇਤ ਬਣਦੀ ਜਦੋਂ ਉਹ ਬਣਿਆ। ਅੱਛਾ, ਪਹਿਲੀ ਵਾਰ ਜਦੋਂ ਪਹਿਲੀ ਵਾਰੀ ਬਣਿਆ ਉਦੋਂ 12 ਪਿੰਡਾਂ ਦੀ ਇੱਕ ਪੰਚਾਇਤ ਲੱਗ ਗਈ ਅਤੇ ਫਿਰ ਲਗਾਤਾਰ 25 ਸਾਲ ਲਗਾਤਾਰ 25 ਸਾਲ ਉਹੀ ਰਹੇ। ਉਦੋਂ ਦਾ ਡਾਕਖਾਨਾ ਬਣਿਆ, ਉਦੋਂ ਦੀ ਬੈਂਕ ਬਣੀ ਆ, ਉਦੋਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਹੋਈਆਂ। ਅੱਛਾ ਜੀ, ਬਾਅਦ 'ਚ ਉੱਥੇ ਮਾੜਾ ਮੋਟਾ ਕਰ ਖੋਲ ਦਿੰਦੇ। ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ ਜੋ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਸਕੂਲ ਵਿੱਚ ਟੀਚਰਾਂ ਵੀ ਬਹੁਤ ਵਧੀਆ ਢੰਗ ਨਾਲ ਪੜ੍ਹਾ ਰਹੀਆਂ ਹਨ। ਪਿੰਡ ਵਿੱਚ ਜਿੱਥੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਹਨ ਉੱਥੇ ਹੀ ਬਹੁਤ ਸਾਰੀਆਂ ਕਮੀਆਂ ਵੀ ਵੇਖਣ ਨੂੰ ਮਿਲੀਆਂ। ਪਿੰਡ ਦੇ ਵਾਸੀਆਂ ਤੋਂ ਪਤਾ ਚੱਲਿਆ ਕਿ ਪਿੰਡ ਵਿੱਚ ਪਾਣੀ ਦਾ ਨਿਕਾਸ ਅਤੇ ਡਿਸਪੈਂਸਰੀ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ। ਡਿਸਪੈਂਸਰੀ ਇੰਨੇ 6 ਮਹੀਨੇ ਸਾਲ ਬਾਅਦ ਕੋਈ ਖੁੱਲਦਾ ਕਦੀ ਬਸ ਹੈਗੀ ਆ, ਖੁੱਲਦੀ ਨਹੀਂ। ਹਾਂ, ਖੁੱਲਦੀ ਨਹੀਂ ਹੈਗੀ ਆ, ਉਹ ਡਿੱਗਣ ਲੱਗੀ ਉਹਦੇ ਡਿੱਗਣ ਲਈ। ਪਾਣੀ ਦਾ ਹੀ ਨਿਕਾਸ ਇਹੀ ਆ, ਪਾਣੀ ਦਾ ਨਿਕਾਸ ਮੇਨ ਇੱਥੇ। ਹਾਂ, ਉਹ ਛੱਪੜ ਭਰ ਜਾਂਦਾ ਜਿੱਦਾਂ ਪਾਣੀ ਪੂਣੀ ਪਿੰਡ ਦੇ ਵਿੱਚ ਆ ਜਾਂਦਾ। ਉੱਥੇ ਹੀ ਪਿੰਡ ਦੇ ਮੁੰਡਿਆਂ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਪਿੰਡ ਵਿੱਚ ਜਿਮ ਅਤੇ ਟੂਰਨਾਮੈਂਟ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਕਈ ਵਾਰ ਦਰਖਾਸਤ ਵੀ ਕੀਤੀ ਗਈ ਹੈ ਪਰ ਅਜੇ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਅਜੇ ਜਿਮ ਜੁੰਮ ਦਾ ਥੋੜ੍ਹਾ ਘੱਟ ਆ, ਮੁੰਡਿਆਂ ਮੁੰਡਿਆਂ ਦਾ ਘੱਟ ਥੋੜ੍ਹਾ ਹੁੰਦੇ ਆ। ਅੱਛਾ ਜੀ, ਅੱਗੇ ਜਿੱਦਾਂ ਖੇਡਦੇ ਹੁੰਦੇ ਸੀਗੇ ਟੂਰਨਾਮੈਂਟ ਉਦੋਂ ਹੁੰਦੇ ਸੀ ਮੁੰਡੇ ਖੇਡਦੇ ਸੀਗੇ। ਅੱਛਾ ਜੀ, ਅਤੇ ਹੁਣ ਇੱਦਾਂ ਵੀ ਇੰਨਾ ਆ ਵੀ ਅਸੀਂ ਵੀ ਰੌਲਾ ਪਾਈਦਾ ਹਰ ਵਾਰੀ, ਪਰ ਸਰਪੰਚ ਪੰਚ ਉੱਧਰ ਗਰਾਊਂਡ ਵੱਲ ਘੱਟ ਆਉਂਦੇ ਆ ਜੀ। ਨਹੀਂ ਜੇ ਜੇ ਸਾਰੇ ਗਲੀਆਂ ਗੁੜੀਆਂ ਲਈ ਹੋਏ ਆ ਜੀ, ਜੇ ਤਾਂ ਸਰਵ ਸਹਿਮਤੀ ਨਾਲ ਕਰਦੇ। ਚਲੋ ਗਲੀਆਂ ਦੇ ਮੰਨਦੇ ਹੈਗੇ, ਕਰਦੇ ਹੈਗੇ ਪਰ ਘੱਟ ਕਰਦੇ, ਜਿੱਦਾਂ ਮਤਲਬ ਸਰਦਰਦੀ ਨਹੀਂ ਜਾ ਲੈਂਦੇ। ਠੀਕ ਹੈ ਜੀ, ਉਹ ਚੀਜ਼ ਬਾਰੇ ਕਰਦੇ ਮੰਨਦੇ, ਗੱਲ ਸਾਡੀ ਮੰਨਦੇ ਉਦੋਂ ਤਾਂ। ਅੱਛਾ ਜੀ, ਹੁਣ ਗਾਂ ਅਸੀਂ ਵੀ ਉਦੋਂ ਬਣ ਕੇ ਮੁੱਦਾ ਰੱਖਾਂਗੇ ਅਸੀਂ ਵੀ। ਜੇਕਰ ਅਸੀਂ ਬਾਕੀ ਪਿੰਡਾਂ ਦੀ ਗੱਲ ਕਰੀਏ ਤਾਂ ਹਰ ਪਿੰਡ ਵਿੱਚ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਹ ਇੱਕ ਅਜਿਹਾ ਪਿੰਡ ਹੈ ਜਿੱਥੇ ਨਸ਼ੇ ਦੀ ਗੱਲ ਕਰਨ ਤੋਂ ਵੀ ਲੋਕ ਗੁਰੇਜ਼ ਕਰਦੇ ਹਨ, ਜਿਸ ਕਰਕੇ ਇਹ ਪਿੰਡ ਸਿਰਫ ਬਾਕੀ ਪਿੰਡਾਂ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਮਿਸਾਲ ਕਾਇਮ ਕਰਦਾ ਹੈ।